मटीरियल पूरा पै रहा जी, कोई दिक्कत नहीं हैगी। असि जी अंदरूनी सड़क है दाणा मंडी दी बनाई जा रही है जी इस प्रोजेक्ट के। असी वाह लगती अस अपना सीजन तो पहला पहला अस नबेड़ लवेंगे। लेबर का 9 बजे पहले तो मौसम मौसम का देखना पैंदा सी, हुण तो 8:30-9 बजे लेबर लग जांदी है जी। 5 बजे तक काम चलदा? हां, शामी 5 बजे तक काम कर सकदे? नहीं, लेट तो नहीं काम करते। जो अपना कई बार सील कोट लाना हों, लेट तक दिन खड़े खड़े काम चलता है। लेट आवर च नहीं करना चाहिए। तारा तुरा बिजली केबलां कूबलां टपाईयां होईयां रात नूं भी। अच्छा, ਨੇ ਚਲੋ ਚੈੱਕ ਕਰ ਰਹੇ ਨੇ ਕੋਈ ਉਹਦੀ ਮਿੱਟੀ ਕੱਟਾ ਜਿਹੜਾ ਥੱਲਾ ਸਰ ਉਹ ਜਿਹੜਾ ਹੈ ਸੜਕ ਬਣਨੀ ਹੁੰਦੀ ਤੇ ਥੱਲੋਂ ਜਿਹੜਾ ਸਪੇਸ ਹੁੰਦਾ ਉਹ ਸਾਫ਼ ਕਰਨਾ ਜ਼ਰੂਰੀ ਹੁੰਦਾ। ਹਾਂਜੀ ਹਾਂਜੀ, ਇਹ ਸਾਫ਼ ਨਹੀਂ ਹੋਇਆ ਜੀ, ਕੀ ਐਕਸ਼ਨ ਲਉਂਦੇ ਜੀ ਠੇਕੇਦਾਰ? ਨਹੀਂ, ਸਫਾਈ ਤਾਂ ਕਰਵਾ ਕੇ ਕਰਵਾ ਰਹੇ ਹਾਂ ਜੀ। ਨਹੀਂ, ਕਈ ਥਾਵਾਂ ਤੋਂ ਸਰ ਰੇਤਾ ਨਿਕਲ ਰਿਹਾ ਵੱਡੇ ਪੱਧਰ ਤੇ, ਸੜਕ ਜਿਹੜੀ ਆ ਉਹਦੇ ਨਵੀਂ ਬਣੀ ਹੈ ਜੀ ਕੁਛ ਤਾਂ ਹੋਇਆ, ਕਿਉਂਕਿ ਥੱਲੇ ਮਿੱਟੀ ਉਹ ਪ੍ਰੋਪਰ ਹੋ ਕਰਕੇ ਕੂੜਾ ਹੋ ਕਰਕੇ ਉੱਥੋਂ ਮਿੱਟੀ ਕੱਟੀ ਜਾ ਰਹੀ ਹੈ ਜੀ ਸੜਕ। ਨਹੀਂ, ਵਰਕਆਊਟ ਹੋਣ 'ਚ ਥੋੜਾ ਟਾਈਮ ਲੱਗਦਾ ਹੈਗਾ ਕਿਉਂਕਿ ਅੰਦਰ ਇਹਦੇ ਟ੍ਰੈਫਿਕ ਨਹੀਂ ਹੈਗਾ ਮੰਡੀ 'ਚ, ਬੰਦ ਕਰਨੇ ਇਸ ਕਰਕੇ ਜ਼ਰੂਰੀ ਸੀ, ਉਹਦੇ ਤੇ ਲਾਇਆ ਸੀ ਆਪਣਾ, ਅਸੀਂ ਗੱਟੇ ਰੱਖੇ ਸੀਗੇ, ਰਖਵਾਏ ਸੀ, ਉਹਦਾ ਕਾਰਨ ਸੀ ਉਹਦੇ ਵਿੱਚ ਨਾ ਮਟੀਰੀਅਲ ਚਲਾ ਜਾਵੇ। ਚੈਂਬਰ ਡਾਊਨ ਕਰਾਵਾਂਗੇ, ਜਿੱਥੇ ਕਿਤੇ ਕੋਈ ਟੁੱਟਿਆ ਉਹਨੂੰ ਬਦਲ ਦੇਣਗੇ। ਸਰ, ਜਿਹੜੀ ਇੱਕ ਮੇਨ ਸੜਕ ਹੈ ਜੀ, ਪਹਿਲੀ ਵਿਚਾਰਦੀ ਜਾਂਦੀ ਹੈ, ਉਹ ਬਿਲਕੁਲ ਵਧੀਆ ਬਣਾਈ ਜਾ ਰਹੀ ਹੈ, ਪਰ ਬਾਕੀ ਤੇ ਨਹੀਂ ਇੰਨਾ ਉਹ ਧਿਆਨ ਦਿੱਤਾ ਜਾ ਰਿਹਾ। ਨਹੀਂ ਨਹੀਂ, ਉਹ ਤਾਂ ਅਜੇ ਉੱਤੇ ਸੀਲ ਕੋਟ ਨਹੀਂ ਲੱਗਾ ਹੋਣਾ, ਤਾਂ ਤੁਹਾਨੂੰ ਲੱਗਦਾ ਹੈਗਾ ਪੀਸੀ ਪਈ ਹੋਈ ਹੈ, ਪੀਸੀ ਪਈ ਆ ਉਹਦੇ ਤੇ ਸੀਲ ਕੋਟ ਲੱਗ ਜਾਏਗਾ, ਉਹ ਸਾਫ਼ ਹੋ ਜਾਏਗਾ। ਸੀਲ ਕੋਟ ਆਲਰੇਡੀ ਲੱਗਿਆ ਹੋਇਆ ਜੀ, ਸੀਲ ਕੋਟ ਆਲਰੇਡੀ ਲੱਗ ਗਿਆ, ਕੋਈ ਗੱਲ ਨਹੀਂ, ਚੈੱਕ ਕਰ ਲੈਣੇ ਜੀ। ਬਸ, ਓਕੇ।